ਤਰਨਤਾਰਨ ਜ਼ਿਲ੍ਹੇ 'ਚ PNB ਬੈਂਕ ਦੀ ਕੈਸ਼ ਲੈ ਕੇ ਜਾ ਰਹੀ ਗੱਡੀ ਨੂੰ ਲੁਟੇਰਿਆਂ ਦੇ ਵੱਲੋਂ ਮੋਟਰਸਾਈਕਲ ਸਵਾਰ ਤੇ ਕਾਰ ਸਵਾਰਾਂ ਵੱਲੋਂ ਕੈਸ਼ ਲੁੱਟਣ ਦੀ ਕੋਸ਼ਿਸ਼ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੀ ਹੈ ਪੂਰਾ ਮਾਮਲਾ, ਗੱਲ ਕਰਦੇ ਆਪਣੇ ਰਿਪੋਰਟਰ ਜਸਵੀਰ ਲੱਡੂ ਨਾਲ ਤਰਨਤਾਰਨ ਤੋਂ। ਜੀ ਜਸਵੀਰ ਜੀ, ਕੀ ਹੈ ਪੂਰਾ ਮਾਮਲਾ? ਅੱਜ ਸਵੇਰੇ 12 ਵਜੇ ਕਰੀਬ ਸਰਹੰਦ ਤੋਂ ਭਕਣੇ ਸ਼ਹਿਰ ਵਿੱਚ ਜਾ ਰਹੀ ਪੰਜਾਬ ਨੈਸ਼ਨਲ ਬੈਂਕ ਦੀ ਕੈਸ਼ ਲੈ ਕੇ ਆ ਰਹੀ ਬੈਂਕ ਦੀ ਗੱਡੀ ਜਦੋਂ ਭਕਣੇ ਦੇ ਸਟੈਂਡ ਦੇ ਵਿਚਕਾਰ ਪੁੱਜੀ, ਉੱਥੇ ਦੋ ਮੋਟਰਸਾਈਕਲ ਸਵਾਰ 4 ਨੌਜਵਾਨ ਇਸ ਕਾਰ ਵੱਲੋਂ ਅੱਗੇ ਡੱਕ ਕੇ ਗੋਲੀ ਚਲਾਈ। ਗੋਲੀ ਚਲਾਉਣ ਦੌਰਾਨ ਜਿਹੜਾ ਸੁਰੱਖਿਆ ਗਾਰਡ ਸੀ ਕੈਸ਼ ਗੱਡੀ ਵਾਲਾ, ਉਹਨੇ 6 ਰਾਊਂਡ ਚਲਾਏ ਜਿਸ ਕਾਰਨ ਲੁਟੇਰੇ ਵਾਲ ਭੱਜਣ ਸਫਲ ਹੋ ਗਏ, ਪਰ ਜਾਂਦੀਆਂ ਗੱਡੀਆਂ ਨੁਕਸਾਨ ਪਹੁੰਚਾ ਚੁੱਕੇ ਨੇ। ਤੇ ਪੁਲਿਸ ਵੱਲੋਂ ਇਸ ਘਟਨਾ ਦੇ ਇਸ ਸੰਬੰਧ ਵਿੱਚ ਕੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ? ਕਿ ਲੁਟੇਰੇ ਜਿਹੜੇ ਸੀਗੇ ਉਹ ਫੜੇ ਗਏ ਨੇ? ਮੌਕੇ ਤੇ ਸੂਚਨਾ ਮਿਲਣ ਸਾਰ ਚਰਮਨ SSP ਦਰਸ਼ਨ ਸਿੰਘ ਮਾਨ ਅਤੇ DSP ਸਿਟੀ ਅਤੇ ਭਾਰੀ ਪੁਲਿਸ ਸੁਰੱਖਿਆ ਲੈ ਕੇ ਪਹੁੰਚ ਗਏ ਨੇ। ਸੁਰੱਖਿਆ ਵੱਖ ਵੱਖ ਟੀਮਾਂ ਬਣਾ ਕੇ ਨਾਕਾਬੰਦੀ ਕਰ ਲਈ, ਜਿਹੜੇ ਲੁਟੇਰੇ ਭੱਜੇ ਨੇ ਉਹ ਫੜ ਜੇ ਛੇਤੀ ਕਾਬੂ ਹੋ ਸਕੇ, ਪਰ ਸਿੱਟਣਾ ਜ਼ਰੂਰੀ ਆ। ਤਰਨ ਤਾਰਨ ਜ਼ਿਲ੍ਹੇ ਅੰਦਰ ਜਿਹੜੇ ਭਗਣੇ ਦੀ ਗੱਡੀ ਲੈ ਕੇ ਆ ਰਹੀ 95 ਲੱਖ ਰੁਪਈਆ ਦੇ ਕਰੀਬ ਸੀ ਜਿਹੜਾ ਲੈ ਕੇ ਆ ਰਹੀ, ਜਿਹੜੇ ਲੁੱਟਣ ਦਾ ਲੁਟੇਰਾ ਯਤਨ ਕੀਤਾ ਗਿਆ। ਜੇਕਰ ਗਨਮੈਨ ਆਪਣੀ ਦਲੇਰੀ ਨਾ ਵਿਖਾਉਂਦਾ ਤੇ ਅੱਜ 95 ਲੱਖ ਰੁਪਏ ਲੁੱਟ ਕੇ ਵੀ ਲੈ ਜਾਣਾ ਸੀ, ਗਨਮੈਨ ਵੀ ਜ਼ਖਮੀ ਹੋ ਸਕਦਾ ਸੀ। ਦੋ ਪਾਸੇ ਗੋਲੀ ਚੱਲਣ ਦੇ ਲਗਭਗ 6 ਰਾਊਂਡ ਜਿਹੜੇ ਗਨਮੈਨ ਚਲਾਏ ਨੇ। ਤੇ ਜਿਹੜੀ ਗਨਮੈਨ ਵੱਲੋਂ ਗੋਲੀ ਚਲਾਈ ਗਈ ਤੇ ਉਹਦੇ ਲਈ ਉਹਦੀ ਕੋਈ ਜਾਨੀ ਨੁਕਸਾਨ ਵੀ ਹੋਇਆ? ਗਨਮੈਨ ਨੇ ਆਪਣਾ ਜਿਹੜਾ ਵੀ ਸਹੀ ਕਰ ਕੇ ਆਪਣੇ ਸਾਹਮਣੇ ਲੁਟੇਰੇ ਆਏ, ਗਨਮੈਨ ਆਪਣੇ ਲਾਗੇ ਖੇਤਾਂ 'ਚ ਲੇਟ ਕੇ ਗੋਲੀ ਚਲਾਈ। ਗੋਲੀ ਚੱਲਣ ਦੇ ਕਾਰਨ ਜਿਹੜੇ ਲੁਟੇਰੇ ਭੱਜਣ ਸਫਲ ਹੋਏ ਆ। ਜੇਕਰ ਗਨਮੈਨ ਗੱਡੀ ਦੇ ਵਿੱਚ ਬਹਿ ਕੇ ਗੋਲੀ ਚਲਾਉਂਦਾ ਤਾਂ ਹੋ ਸਕਦਾ ਗੱਡੀ ਦੇ ਨੁਕਸਾਨ ਤੇ ਗਨਮੈਨ ਦਾ ਵੀ ਹੋ ਸਕਦਾ ਜਾਨੀ ਮਾਲੀ ਨੁਕਸਾਨ ਦੇ ਨਾਲ ਨਾਲ 95 ਲੱਖ ਰੁਪਏ ਲੁੱਟ ਕੇ ਵੀ ਜਾ ਸਕਦੇ ਸਨ। ਜੀ ਜਸਵੀਰ ਜੀ, ਸਾਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।